ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਮੈਂ ਹਾਂ ਜਗਦੀਪ ਸਿੰਘ ਥਲੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲੋਕ ਮੁੱਦੇ ਦੇ ਵਿੱਚ। ਲੋਕ ਮੁੱਦੇ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਨੌਜਵਾਨਾਂ ਦੇ ਵਿੱਚ ਵੱਧ ਰਹੇ ਨਸ਼ੇ ਦੇ ਉੱਤੇ, ਅਤੇ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਪਰਮਿੰਦਰ ਸਿੰਘ ਰਾਏਪੁਰ ਜੀ। ਪਰਮਿੰਦਰ ਜੀ, ਸਟੂਡੀਓ 'ਚ ਪਹੁੰਚਣ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਜਿਵੇਂ ਆਪਾਂ ਜਾਣਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਨਸ਼ਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਇਸ ਵੱਧ ਰਹੇ ਰੁਝਾਨ ਦਾ ਕੀ ਕਾਰਨ ਹੈ? ਜੋ ਨੌਜਵਾਨਾਂ 'ਚ ਖਾਸ ਕਰ ਆਪਾਂ ਦੇਖਦੇ ਹਾਂ ਕਿ ਪੰਜਾਬ ਵਿੱਚ ਅੱਜ ਕੱਲ੍ਹ 6ਵਾਂ ਦਰਿਆ ਹੈ ਜੋ ਨਸ਼ੇ ਦਾ ਵਗ ਰਿਹਾ। ਪਹਿਲਾਂ ਕਿਸੇ ਸਮੇਂ ਪੰਜ ਦਰਿਆਵਾਂ ਦੀ ਧਰਤੀ ਜੀ ਕਿਹਾ ਜਾਂਦਾ ਸੀ ਪੰਜਾਬ ਨੂੰ, ਪਰ ਅੱਜ 6ਵਾਂ ਦਰਿਆ ਜੋ ਨਸ਼ੇ ਦਾ ਵਗ ਰਿਹਾ ਹੈ ਜੀ, ਇਹਦੀ ਗ੍ਰਿਫਤ ਵਿੱਚ ਮੇਰੇ ਖਿਆਲ ਨਾਲ ਵੀ ਆਪਾਂ ਕਹਿ ਸਕਦੇ ਹਾਂ ਕਿ ਸਾਰਾ ਪੰਜਾਬ ਹੀ ਆ ਚੁੱਕਿਆ। ਖਾਸ ਕਰਕੇ ਨੌਜਵਾਨ ਪੀੜ੍ਹੀ, ਚਾਹੇ ਉਹ ਲੜਕੇ ਨੇ ਚਾਹੇ ਲੜਕੀਆਂ, ਉਹ ਇਸ ਦੇ ਸਿਕੰਜੇ ਵਿੱਚ ਜਕੜੇ ਹੋਏ ਨੇ ਜੀ। ਇਸ ਦੇ ਜਗਦੀਪ ਜੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਕਾਰਨ ਕੀ ਨੇ ਜੀ, ਬਹੁਤ ਸਾਰੇ ਕਾਰਨ ਜੁੜੇ ਹੋਏ ਨੇ ਇਹਦੇ ਨਾਲ। ਸਭ ਤੋਂ ਪਹਿਲਾਂ ਜਿਹੜਾ ਮੇਜਰ ਕਾਰਨ ਇਹਦਾ ਮੰਨਿਆ ਜਾਂਦਾ ਹੈ, ਉਹ ਹੈ ਬੇਰੁਜ਼ਗਾਰੀ ਜੀ। ਬਿਲਕੁਲ, ਬੇਰੁਜ਼ਗਾਰੀ ਵੈਸੇ ਜੇ ਸਰਕਾਰੀ ਅੰਕੜੇ ਦੇਖੇ ਜਾਏ ਜਾਣ ਤਾਂ ਕਿਹਾ ਜਾਂਦਾ ਹੈ ਕਿ 10 ਲੱਖ ਬੇਰੁਜ਼ਗਾਰ ਪੰਜਾਬ ਵਿੱਚ ਫਿਰ ਰਿਹਾ ਹੈ ਜੀ। ਲੇਕਿਨ ਸਰਕਾਰੀ ਅੰਕੜਿਆਂ ਤੋਂ ਪਰੇ ਨਜ਼ਰ ਮਾਰੀਏ ਤਾਂ ਹਿੰਦ ਸੇ ਕੁਛ ਹੋਰ ਹੀ ਦੱਸਦੇ ਨੇ, 45 ਲੱਖ ਨੌਜਵਾਨ ਜੋ ਹੈ ਅੱਜ ਪੰਜਾਬ ਵਿੱਚ ਬੇਰੁਜ਼ਗਾਰ ਫਿਰ ਰਿਹਾ, ਜਿਹੜਾ ਪੜ੍ਹਿਆ ਲਿਖਿਆ ਰੁਜ਼ਗਾਰ ਭਾਲ ਰਿਹਾ ਜੀ। ਔਰ ਇਹ ਭਟਕਣਾ ਹੈ ਇੱਕ ਨੌਜਵਾਨਾਂ 'ਚ, ਫਰਸਟ੍ਰੇਟ ਹੋਇਆ ਹੋਇਆ ਨੌਜਵਾਨ ਹੈ। ਜਦੋਂ ਕੋਈ ਨੌਜਵਾਨ, ਕੋਈ ਵੀ ਇਨਸਾਨ ਹੈ, ਜਦੋਂ ਭਟਕ ਜੇ ਤਾਂ ਉਹ ਸਕੂਨ ਦੀ ਪ੍ਰਾਪਤੀ ਲਈ ਕੋਈ ਇਸ ਤਰ੍ਹਾਂ ਦੇ ਜ਼ਰੀਏ ਅਪਣਾਉਂਦਾ। ਉਹਨਾਂ ਦੇ ਵਿੱਚ ਅੱਜ ਦਾ ਜਿਹੜਾ ਯੁੱਗ ਹੈ ਇਹਦੇ ਵਿੱਚ ਨਸ਼ਾ ਬਣਾਇਆ ਗਿਆ, ਨੌਜਵਾਨ ਨਸ਼ੇ ਨਾਲ ਸਿੱਧੇ ਤੌਰ 'ਤੇ ਜੁੜ ਗਏ ਨੇ। ਔਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਜਿਹੜਾ ਸਮਾਜ ਦੇ ਕੁਛ ਕਾਰਨ ਨੇ, ਸਮਾਜ ਦੇ ਵਿੱਚ ਪਰੋਸਿਆ ਜਾ ਰਿਹਾ ਜੋ ਅੱਜ, ਉਹਨੂੰ ਵੀ ਅਸੀਂ ਇੱਕ ਨਸ਼ੇ ਦਾ ਕਾਰਨ ਮੰਨਿਆ ਜਾ ਰਿਹਾ। ਫਿਰ ਇੱਥੇ ਜਿਵੇਂ ਵਿਦੇਸ਼ਾਂ ਤੋਂ ਵੀ ਨਸ਼ਾ ਆਉਂਦਾ ਹੈਗਾ, ਤਾਂ ਆਪਾਂ ਇਹਨਾਂ ਨੂੰ ਵਿਦੇਸ਼ਾਂ ਦੀ ਕੋਈ ਜਿਹੜੀ ਰਣਨੀਤੀ ਨਾ ਕਹਿ ਲਈਏ ਕਿ ਕੋਈ ਉਹਨਾਂ ਦੀ ਚਾਲ ਹੈਗੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਵੱਲ ਤੋਰ ਕੇ ਇਹਨਾਂ ਨੂੰ ਕਮਜ਼ੋਰ ਬਣਾਇਆ ਜਾ ਸਕੇ? ਜੀ ਹਾਂ, ਮੈਂ ਗੱਲ ਉਹੀ ਉੱਥੇ ਹੀ ਆ ਰਿਹਾ। ਮਾਪੇ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਨਸ਼ੇ ਲਈ, ਸਮਾਜ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ, ਸਰਕਾਰਾਂ ਵੀ ਜ਼ਿੰਮੇਵਾਰ ਨੇ। ਜਿੱਦਾਂ ਤੁਸੀਂ ਹੁਣ ਵਿਦੇਸ਼ਾਂ ਦੀ ਗੱਲ ਕੀਤੀ ਕਿ ਵਿਦੇਸ਼ਾਂ ਦੇ ਵਿੱਚ ਇੱਕ ਜਾਣ ਦਾ ਰੁਝਾਨ ਬਣਿਆ ਹੈ ਜੀ, ਮੇਰੇ ਖਿਆਲ ਨਾਲ ਜਿਹੜਾ ਨਸ਼ਾ ਅੱਜ ਪੰਜਾਬ ਵਿੱਚ ਪਸਰ ਰਿਹਾ ਹੈ ਜਾਂ ਵਰਤਾਇਆ ਜਾ ਰਿਹਾ ਹੈ ਤਾਂ ਉਹ ਵਿਦੇਸ਼ੀ ਨਸ਼ਾ ਕਿਹਾ ਜਾ ਸਕਦਾ। ਬਹੁਤ ਸਾਰੇ ਨੌਜਵਾਨ ਸਾਡੇ ਬਾਹਰ ਜਾ ਰਹੇ ਨੇ, ਉਹਨਾਂ ਉਹ ਅਮੀਰ ਤਬਕੇ ਨਾਲ ਜੁੜੇ ਹੁੰਦੇ ਨੇ ਜਿਹੜੇ ਨੌਜਵਾਨ, ਉਹ ਜਾ ਰਹੇ ਨੇ, ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਵੀ ਆ ਰਹੇ ਨੇ। ਕਿਹਾ ਜਾ ਰਿਹਾ ਅੱਜ ਕੱਲ੍ਹ ਇਹ ਗੱਲਾਂ ਬਹੁਤ ਪ੍ਰਚਲਿਤ ਹੋ ਗਈਆਂ, ਪੜਚੋਲ 'ਚ ਵੀ ਆ ਰਿਹਾ ਕਿ ਇਸ ਤਰ੍ਹਾਂ ਨਸ਼ਾ ਜਿਹੜਾ ਹੈਗਾ ਸਾਡੇ ਪੰਜਾਬ 'ਚ ਲਿਆਂਦਾ ਜਾ ਰਿਹਾ। ਔਰ ਵੇਖਿਆ ਜਾਵੇ ਕਿ ਇਕੱਲੇ ਪੰਜਾਬ ਨੂੰ ਹੀ ਟਾਰਗੇਟ ਕਿਉਂ ਬਣਾਇਆ ਜਾ ਰਿਹਾ, ਕਿਉਂਕਿ ਸ਼ੁਰੂ ਤੋਂ ਹੀ ਕਿਹਾ ਜਾਂਦਾ ਰਿਹਾ ਕਿ ਪੰਜਾਬ ਖੁਸ਼ਹਾਲ ਸੂਬਾ ਹੈ ਜੀ। ਬਿਲਕੁਲ, ਔਰ ਇਤਿਹਾਸ ਵੀ ਜਿਹੜਾ ਹੈ ਗਵਾਹ ਇਸ ਗੱਲ ਦਾ ਕਿ ਪੰਜਾਬ ਦੇ ਨੌਜਵਾਨਾਂ ਨੇ, ਪੰਜਾਬੀ ਲੋਕਾਂ ਨੇ ਜੰਗਾਂ ਯੁੱਧਾਂ ਦੇ ਵਿੱਚ, ਸੰਘਰਸ਼ਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜੀ। ਪੰਜਾਬ ਦੇ ਨੌਜਵਾਨਾਂ ਨੂੰ ਬਹਾਦਰ ਕਿਹਾ ਗਿਆ, ਪੰਜਾਬੀਆਂ ਦੀ ਬਹਾਦਰ ਕੌਮ ਕਹੀ ਗਈ ਹੈ ਜੀ। ਤੁਸੀਂ ਹੁਣ ਇਤਿਹਾਸ ਦੀ ਗੱਲ ਕਰਦੇ ਤਾਂ ਅਸੀਂ ਕੁਝ ਦਹਾਕੇ ਪਿੱਛੇ ਜਾਈਏ, ਤਾਂ ਉਦੋਂ ਦੇ ਨੌਜਵਾਨਾਂ ਦੇ ਵਿੱਚ ਤੇ ਅੱਜ ਦੇ ਨੌਜਵਾਨਾਂ ਦੇ ਵਿੱਚ ਕੀ ਫਰਕ ਹੈ? ਜ਼ਮੀਨ ਅਸਮਾਨ ਦਾ ਫਰਕ ਦੇਖਿਆ ਜਾ ਸਕਦਾ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਮੁਲਤਾਨ ਦੀ ਲੜਾਈ ਸੀ, ਮੁਲਤਾਨ 'ਤੇ ਮਹਾਰਾਜਾ ਰਣਜੀਤ ਸਿੰਘ ਨੇ 4 ਵਾਰ ਚੜ੍ਹਾਈ ਕੀਤੀ ਸੀ ਜੀ, ਲੇਕਿਨ 4 ਵਾਰ ਉਹ ਜਿੱਤ ਪ੍ਰਾਪਤ ਨਹੀਂ ਕਰ ਸਕੇ ਸੀਗੇ। ਅੱਛਾ, ਫਿਰ ਉਹਨਾਂ ਨੇ 1818 ਈਸਵੀ 'ਚ ਹਾਂਜੀ 20,000 ਫੌਜ ਹੈ ਜਿਹੜੀ, ਉਹਦੇ ਨਾਲ ਨਿਸ਼ਚਾ ਕੀਤਾ ਔਰ ਪ੍ਰਣ ਕੀਤਾ ਕਿ ਮੁਲਤਾਨ ਜਿੱਤ ਕੇ ਹੀ ਵਾਪਸ ਆਉਣਾ ਹੈ। ਅੱਛਾ, ਅਤੇ 20,000 ਯੁਵਕਾਂ ਦੀ ਫੌਜ ਲੈ ਕੇ
ਉਹ ਮੁਲਤਾਨ ਵੱਲ ਨੂੰ ਚੜ੍ਹੇ ਸੀ। ਇੱਕ ਉਸ ਟਾਈਮ ਜਿਹੜਾ ਮੁਹਾਵਰਾ ਪ੍ਰਚਲਿਤ ਹੋਇਆ ਸੀਗਾ ਕਿ ਰੱਖ ਕੇ ਕੰਧੇ ਪੇ ਜ਼ਮਜ਼ਮਾ ਚਲਾ ਲੇਥੇ ਤੇ ਕਬੀ, ਆਜ ਬਦਾਕਸ਼ ਬਣੇ ਬੈਠੇ ਹੈ ਆਪਣੇ ਹੀ ਵਜ਼ਨ ਤਲੇ ਮਦਫੂਲ ਹੈ। ਬਦਾਕਸ਼ ਕਹਿੰਦੇ ਸ਼ਰਾਬੀ ਨੂੰ, ਮਦਫੂਲ ਕਹਿੰਦੇ ਦਫਨ ਹੋਏ ਨੂੰ। ਉਹ ਸਮਾਂ ਸੀ ਉਦੋਂ ਜ਼ਮਜ਼ਮਾ ਇੱਕ ਤੋਪ ਹੁੰਦੀ ਸੀ। ਉਹਦੀ ਖਾਸੀਅਤ ਇਹ ਸੀ ਕਿ ਉਹਦੇ ਵਿੱਚ 5 ਮਣ ਦਾ ਖਾਲਸ ਲੋਹੇ ਦਾ ਗੋਲਾ ਦਾਗਿਆ ਜਾਂਦਾ ਸੀ ਜੀ, ਔਰ ਜਿੱਥੇ ਉਹ ਗੋਲਾ ਦਾਗਿਆ ਜਾਂਦਾ ਸੀ ਉੱਥੇ ਜਿੱਥੇ ਉਹ ਜਾ ਕੇ ਵੱਜਦਾ ਸੀ ਜਾਂ ਡਿੱਗਦਾ ਸੀਗਾ ਉੱਥੋਂ ਨੇਸ ਤੋਂ ਨਾਬੂਦ ਕਰ ਦਿੰਦਾ ਸੀਗਾ ਉਹ ਸਥਾਨ ਨੂੰ ਉਹ। ਔਰ ਇਸ ਤੋਪ ਨੂੰ, ਜ਼ਮਜ਼ਮਾ ਤੋਪ ਨੂੰ ਖਾਸ ਤੌਰ 'ਤੇ ਵੱਡੇ ਕਿਲ੍ਹਿਆਂ ਦੇ ਦਰਵਾਜ਼ੇ ਔਰ ਕਿਲ੍ਹਿਆਂ ਦੀਆਂ ਕੰਧਾਂ ਵਿੱਚ ਸੰਨ ਲਾਉਣ ਲਈ ਵਰਤਿਆ ਜਾਂਦਾ ਸੀ ਜੀ। ਸੋ ਜਦੋਂ 20,000 ਫੌਜ ਨਾਲ ਉਹ ਚੜ੍ਹਾਈ ਕਰਕੇ ਮਹਾਰਾਜ ਰਣਜੀਤ ਸਿੰਘ ਦੀ ਫੌਜ ਸਰਕਾਰ ਖਾਲਸਾ ਦੀ ਫੌਜ ਜਦੋਂ ਗਈ ਆ ਮੁਲਤਾਨ, ਉੱਥੇ ਇਹ ਤੋਪ ਵੀ ਆਪਣੇ ਜਲਵੇ ਦਿਖਾ ਰਹੀ ਸੀ ਜੀ। ਅਚਾਨਕ ਕੀ ਹੁੰਦਾ ਕਿ ਚੱਲਦੀ ਜੰਗ ਦੇ ਵਿੱਚ ਤੋਪ ਦਾ ਇੱਕ ਪਹੀਆ ਟੁੱਟ ਜਾਂਦਾ। ਉਸ ਟਾਈਮ ਤੋਪਖਾਨੇ ਦਾ ਜਿਹੜਾ ਜਰਨੈਲ ਸੀ, ਇਲਾਹੀ ਬਖਸ਼ ਸੀ ਉਹਦਾ ਨਾਂ, ਉਹ ਸਹਿਮ ਗਿਆ ਵੀ ਇਸ ਵਾਰ ਵੀ ਚੜ੍ਹਾਈ ਕੀਤੀ ਹੈ ਅਤੇ ਇਹ ਨਾ ਹੋਵੇ ਕਿਤੇ ਮਹਾਰਾਜਾ ਦਾ ਸੁਪਨਾ ਜਿਹੜਾ ਅਧੂਰਾ ਰਹਿ ਜਾਏ, ਅਸੀਂ ਇਸ ਵਾਰ ਵੀ ਹਾਰ ਕੇ ਚਲੇ ਜਾਈਏ। ਹਾਲੇ ਉਹ ਸੋਚ ਹੀ ਰਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਜਦੋਂ ਦੇਖਿਆ ਕਿ ਤੋਪ ਦਾ ਪਹੀਆ ਟੁੱਟ ਗਿਆ ਤਾਂ ਲੜ ਰਹੇ ਨੌਜਵਾਨ ਘੋੜਿਆਂ ਤੋਂ ਉੱਤਰ ਕੇ ਆਪਣੇ ਵੈਰੀ ਦਾ ਸਿਰ ਲਾ ਕੇ ਤੋਪ ਵੱਲ ਨੂੰ ਭੱਜਦੇ ਆ, ਔਰ ਦੋ ਦੋ ਨੌਜਵਾਨ ਪਹੀਏ ਦੀ ਜਗ੍ਹਾ ਆਪਣਾ ਮੋਢਾ ਦਿੰਦੇ ਨੇ ਜੀ। ਦੋ ਨੌਜਵਾਨ ਮੋਢਾ ਦਿੰਦੇ ਨੇ, ਤੋਪਚੀ ਜਿਹੜਾ ਹੈ ਗੋਲੀ ਦਾਗਦਾ, ਗੋਲਾ ਦਾਗਦਾ, ਗੋਲਾ ਦਾਗਣ ਤੋਂ ਬਾਅਦ ਦੋ ਨੌਜਵਾਨ ਜਿਹੜੇ ਮੋਢਾ ਦਿੰਦੇ ਨੇ ਪਹੀਏ ਦੀ ਥਾਂ, ਉਹ ਬਹੁਤ ਜ਼ਿਆਦਾ ਗੰਭੀਰ ਫੱਟੜ ਹੁੰਦੇ ਨੇ ਅਤੇ ਉਹਨਾਂ ਤੋਂ ਬਾਅਦ ਦੋ ਨੌਜਵਾਨ ਹੋਰ ਤਿਆਰ ਕਰਦੇ ਨੇ, ਉਹ ਮੋਢਾ ਦਿੰਦੇ ਨੇ, ਤੋਪ ਦਾ ਗੋਲਾ ਦਾਗ ਜਾਂਦਾ। ਇਹਨਾਂ ਦੇ ਵਿੱਚ ਕਈਆਂ ਦੀ ਮੌਤ ਹੋਈ ਇਸ ਕਾਰਵਾਈ 'ਚ। ਕਿਹਾ ਜਾਂਦਾ ਹੈ ਇਤਿਹਾਸ ਵਿੱਚ ਇਹ ਦਰਜ ਹੈ ਕਿ ਇਹ ਚੀਜ਼ ਦੇਖ ਕੇ ਵੈਰੀ ਦੇ ਕਈ ਜਾਂਬਾਜ਼ ਗਸ਼ ਖਾ ਕੇ ਮੈਦਾਨ 'ਚ ਡਿੱਗ ਗਏ ਅਤੇ ਉਸ ਟਾਈਮ ਉਹਨਾਂ ਦੀ ਬਦੌਲਤ ਕਿਲ੍ਹੇ 'ਚ ਸੰਨ ਲਾਇਆ ਗਿਆ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਮੁਲਤਾਨ ਫਤਿਹ ਕੀਤਾ ਜੀ। ਠੀਕ ਹੈ, ਅਤੇ ਉਹ ਸ਼ਹੀਦੀਆਂ, ਉਹ ਕਾਰਨਾਮਿਆਂ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਖਾਨਦਾਨ ਦੇ ਵਾਰਿਸ ਅਸੀਂ ਹਾਂ, ਅੱਜ ਦੀ ਨੌਜਵਾਨ ਪੀੜ੍ਹੀ ਆ ਜੀ। ਉਸੇ ਜ਼ਰਖੇਜ਼ ਜ਼ਮੀਨ ਦੇ ਪੈਦਾਇਸ਼ ਨੇ ਇਹ ਯੋਧੇ ਜਿਹੜੇ, ਜਿਸ 'ਚ ਇਹ ਯੋਧੇ ਪੈਦਾ ਹੋਏ, ਅੱਜ ਦਾ ਨੌਜਵਾਨ ਵੀ ਉਸ ਜ਼ਰਖੇਜ਼ ਜ਼ਮੀਨ ਦਾ ਪੈਦਾਇਸ਼ੀ ਹੈ। ਲੇਕਿਨ ਅੱਜ ਨੌਜਵਾਨ ਦੀ ਕੀ ਤੁਸੀਂ ਹਾਲਤ ਕਹਿ ਸਕਦੇ ਹੋ? ਨਸ਼ਿਆਂ 'ਚ ਇੰਨਾ ਗਲਤਾਨ ਹੋਇਆ ਗਿਆ ਕਿ ਜੰਗ ਲੜਨ ਦੀ ਥਾਂ 'ਤੇ ਅੱਜ ਤਾਂ ਇਹਨਾਂ ਨੂੰ ਚਿੱਟਾ ਨਾ ਮਿਲੇ, 4 ਦਿਨ ਇਹ ਆਪੇ ਦਮ ਤੋੜ ਜਾਂਦੇ ਨੇ। ਤੁਸੀਂ ਰਾਜੇ ਮਹਾਰਾਜਿਆਂ ਦੀ ਗੱਲ ਕਰ ਰਹੇ ਹੋ, ਪਰ ਅੱਜ ਦਾ ਨੌਜਵਾਨ ਜਿਹੜਾ ਨਸ਼ੇ ਦੇ ਵਿੱਚ ਗਲਤਾਨ ਹੋ ਰਿਹਾ, ਤਾਂ ਇਹਨਾਂ ਦਾ ਜਿਹੜਾ ਕਲੰਕ ਹੈਗਾ ਉਹ ਕਿਸ ਦੇ ਸਿਰ 'ਤੇ ਮੜਿਆ ਜਾਣਾ ਚਾਹੀਦਾ ਸਾਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮਾਪੇ ਜ਼ਿੰਮੇਵਾਰ ਹੈ ਹੀ ਨੇ ਜੀ। ਅੱਜ ਕੱਲ੍ਹ ਕੀ ਦੌਰ ਚੱਲ ਰਿਹਾ ਕਿ ਹਰ ਇੱਕ ਬੰਦਾ, ਹਰ ਇੱਕ ਇਨਸਾਨ ਇੱਕ ਆਪਣੀ ਆਰਥਿਕ ਜਿਹੜੀ ਸਥਿਤੀ ਹੈ ਉਹਨੂੰ ਮਜ਼ਬੂਤ ਕਰਨ ਲਈ ਇਸ ਦੌੜ 'ਚ ਲੱਗਿਆ ਹੈ ਜੀ। ਉਹ ਪਿੱਛੇ ਬੱਚਿਆਂ ਵਾਲੇ ਪਾਸੇ ਮਾਪੇ ਨਹੀਂ ਧਿਆਨ ਦੇ ਰਹੇ। ਟੀਚਰ ਪਹਿਲਾਂ ਰੋਲ ਮਾਡਲ ਹੁੰਦੇ ਸੀ ਬੱਚਿਆਂ ਦਾ ਜੀ, ਬਿਲਕੁਲ, ਅੱਜ ਉਹ ਵੀ ਖਤਮ ਹੋ ਗਿਆ। ਮੋਰਲ ਐਜੂਕੇਸ਼ਨ ਦਾ ਨਾਂ ਤੱਕ ਨਹੀਂ ਰਿਹਾ ਸਕੂਲਾਂ 'ਚ। ਸਿੱਖਿਆ ਸਭ ਤੋਂ ਵੱਡਾ ਕਾਰਨ ਇਹਦਾ ਮੰਨਿਆ ਜਾ ਸਕਦਾ ਨਸ਼ਿਆਂ ਦਾ। ਠੀਕ ਹੈ, ਪ੍ਰੋਪਰ ਸਿੱਖਿਆ ਨਹੀਂ ਮਿਲ ਰਹੀ। ਜਿਹੜਾ ਟਿਊਸ਼ਨ ਕਲਚਰ ਹੈ ਉਹ ਵੱਧ ਗਿਆ, ਉਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਪੈਸਾ ਕਮਾਉਣ ਦੀ ਝਲਕ ਉਹ ਦੇਖੀ ਜਾ ਸਕਦੀ ਹੈ। ਤੀਜੀ ਥਾਂ 'ਤੇ ਜਿਹੜੀ ਸਰਕਾਰਾਂ ਨੇ ਉਹ ਪੜ੍ਹੇ ਲਿਖੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਵਿੱਚ ਅਸਮਰੱਥ ਨੇ। ਸਰਕਾਰੀ ਮਹਿਕਮੇ ਖਾਲੀ ਪਏ ਨੇ, ਭਰਤੀਆਂ ਖਤਮ ਹੋ ਗਈਆਂ ਨੇ, ਇਹ ਸਾਰੇ ਕਾਰਨ
ਇਕੱਠੇ ਰਲ ਕੇ, ਔਰ ਸਭ ਤੋਂ ਵੱਡਾ ਕਾਰਨ ਇੱਕ ਹੋਰ ਵੀ ਹੈਗਾ, ਸਮਾਜ ਦੇ ਵਿੱਚ ਵਿਚਰ ਰਿਹਾ ਨੌਜਵਾਨ, ਜਿਸ ਸਮਾਜ ਦੇ ਵਿੱਚ ਵਿਚਰ ਰਿਹਾ ਅੱਜ ਪੰਜਾਬ ਦੇ ਨੌਜਵਾਨ ਵਿਚਰ ਰਹੇ ਨੇ, ਇਹਨਾਂ ਦੇ ਵਿੱਚ ਜੋ ਕੁਛ ਸਾਨੂੰ ਪਰੋਸਿਆ ਜਾ ਰਿਹਾ ਸਮਾਜ ਰਾਹੀਂ, ਤੁਸੀਂ ਦੇਖ ਲਓ ਗਾਣੇ ਬਿਲਕੁਲ ਅਸ਼ਲੀਲਤਾ ਨਾਲ ਭਰੇ ਹੋਏ ਨੇ, ਲੱਚਰ ਗਾਣੇ ਨੇ, ਉਹਨਾਂ ਦੇ ਵਿੱਚ ਨਸ਼ੇ ਹਥਿਆਰ ਜੀ, ਗਾਣੇ ਕਹਿ ਲਈਏ ਫਿਲਮਾਂ ਕਹਿ ਲਈਏ ਫਿਲਮਾਂ ਕਹਿ ਲਓ, ਨਸ਼ੇ ਤੇ ਹਥਿਆਰ ਦੀ ਖੁੱਲ੍ਹੇਆਮ ਵਰਤੋਂ ਦਿਖਾਈ ਜਾ ਰਹੀ ਹੈ, ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਬਹੁਤ ਆਨੰਦ ਹੈ ਉਹਨਾਂ ਦੇ ਮਨੋਰੰਜਨ ਦਾ ਸਾਧਨ। ਇੱਕ ਗੱਲ ਹੈ ਕਿ ਆਪਾਂ ਨੂੰ ਜ਼ਰੂਰ ਫਿਲਮਾਂ ਬਣਾਉਣੀਆਂ ਚਾਹੀਦੀਆਂ, ਗਾਣੇ ਬਣਾਉਣੇ ਚਾਹੀਦੇ ਆ, ਸਾਨੂੰ ਇੱਕ ਚੰਗੀ ਸਿੱਖਿਆ ਨੌਜਵਾਨਾਂ ਨੂੰ ਚੰਗੇ ਜਜ਼ਬੇ, ਪਿਛਲੀਆਂ ਉਦਾਹਰਨਾਂ ਫਿਲਮਾਂ ਦੇ ਵਿੱਚ ਲੈਣੀਆਂ ਚਾਹੀਦੀਆਂ ਜਿਹੜੀਆਂ ਕਿ ਬਿਲਕੁਲ ਵੀ ਨਹੀਂ ਲਈਆਂ ਜਾਂਦੀਆਂ। ਬਿਲਕੁਲ ਜੀ, ਨਸ਼ਿਆਂ ਦੇ ਮਾੜੇ ਪ੍ਰਭਾਵ ਦਿਖਾ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ, ਔਰ ਮੈਂ ਤਾਂ ਇਹ ਚਾਹੁੰਦਾ ਕਿ ਸਕੂਲ ਟਾਈਮ ਤੋਂ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਜਾਣ, ਜਿਹੜੇ ਨਸ਼ਿਆਂ ਦੇ ਪ੍ਰਭਾਵ ਕਾਰਨ ਘਰ ਤਬਾਹ ਹੋਏ ਨੇ, ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਭੈਣਾਂ ਦੇ ਵੀਰ ਖੋਏ ਨੇ ਨਸ਼ੇ ਨੇ, ਸੁਹਾਗਣਾਂ ਦੇ ਸੁਹਾਗ ਖੋਹ ਲਏ, ਮਾਪੇ ਜਿਹੜੇ ਉਹ ਉਹਨਾਂ ਨੇ ਪੁੱਤ ਚਲੇ ਗਏ, ਠੀਕ ਹੈ, ਕਈ ਜਿਹੜੇ ਬੱਚੇ ਨੇ ਯਤੀਮ ਹੋ ਗਏ ਨੇ, ਨਸ਼ੇ ਕਾਰਨ ਪੰਜਾਬ ਜਿਹੜਾ ਹੈਗਾ ਤਸੀਹੇ ਹੀ ਚੱਲ ਰਿਹਾ। ਪਰਮਿੰਦਰ ਜੀ, ਸਰਕਾਰ ਕਾਨੂੰਨ ਬਣਾ ਰਹੀ ਹੈ, ਕਾਨੂੰਨ ਬਣਾ ਲਏ ਜਾਂਦੇ ਨੇ, ਨਸ਼ੇ ਦੀ ਰੋਕਥਾਮ ਨੂੰ ਕਾਨੂੰਨ ਬਣਾਏ ਗਏ ਨੇ, ਪਰ ਇਹਨਾਂ ਦੇ ਉੱਤੇ ਠੋਸ ਕਦਮ ਨਹੀਂ ਚੁੱਕੇ ਜਾ ਰਹੇ, ਉਹਦਾ ਕੀ ਕਾਰਨ ਹੋ ਸਕਦਾ? ਦੇਖੋ, ਨਸ਼ਾ ਜਿਹੜਾ ਹੈ ਵਰਤਾਇਆ ਜਾ ਰਿਹਾ ਪੰਜਾਬ ਦੇ ਵਿੱਚ, ਆਪਾਂ ਗੱਲ ਕਰੀਏ ਤਾਂ ਇਹ ਇੱਕ ਵਪਾਰ ਵੀ ਹੈ ਜੀ, ਇੰਟਰਨੈਸ਼ਨਲ ਵਪਾਰ ਵੀ ਮੰਨਿਆ ਜਾਂਦਾ ਹੈ। ਇਹ ਜਿਵੇਂ ਹੁਣ ਚੋਣਾਂ ਆਉਂਦੀਆਂ ਨੇ ਜੀ, ਚੋਣਾਂ ਦੇ ਵਿੱਚ ਭਾਵੇਂ ਕੋਈ ਵੀ ਪਾਰਟੀ ਚੋਣ ਲੜ ਰਹੀ ਹੈ, ਰਾਜਨੀਤਿਕ ਪਾਰਟੀ, ਤਾਂ ਕਿਸੇ ਵੀ ਪਾਰਟੀ ਕੋਲ ਇਸ ਤਰ੍ਹਾਂ ਦਾ ਕੋਈ ਵਿਅਕਤੀ ਨਹੀਂ ਹੈ ਜਿਹੜਾ ਇਹ ਕਹਿ ਦੇਵੇ ਵੀ ਮੈਂ ਬਿਨਾਂ ਨਸ਼ੇ ਤੋਂ ਚੋਣ ਜਿੱਤੀ ਹੈ। ਜਦੋਂ ਕਿਸੇ ਚੋਣ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਨਸ਼ਾ ਵੰਡਿਆ ਜਾਂਦਾ, ਅਗਰ ਇੱਕ ਪਿੰਡ ਵਿੱਚ ਚੋਣਾਂ ਦੌਰਾਨ ਨਸ਼ਾ ਵੰਡਿਆ ਗਿਆ ਤਾਂ ਪੰਜ ਨਸ਼ੇੜੀ ਨਵੇਂ ਖੜੇ ਹੋ ਗਏ ਜੀ, ਬਿਲਕੁਲ ਇੱਕ ਪਿੰਡ ਤੋਂ ਉਸ ਟਾਈਮ ਪੰਜ ਸੱਤ ਦਿਨਾਂ ਦੇ ਵਿੱਚ, ਤਾਂ 12,500 ਤੋਂ ਵੱਧ ਪਿੰਡ ਨੇ ਪੰਜਾਬ 'ਚ ਜੀ। ਅਗਰ ਆਪਾਂ ਮੋਟੀ ਜਿਹੀ ਗਿਣਤੀ ਲਾਈਏ ਤਾਂ 90,000 ਨੌਜਵਾਨ ਜਾਂ ਵਿਅਕਤੀ ਇਨਸਾਨ ਕਹਿ ਲਓ ਪੰਜਾਬ ਦੇ ਲੋਕ ਜੀ, ਉਹਨਾਂ ਚੋਣਾਂ ਦੇ ਵਿੱਚ ਨਵੇਂ ਨਸ਼ੇੜੀ ਪੈਦਾ ਹੋ ਜਾਂਦੇ ਨੇ, ਸਰਕਾਰ ਦੇ ਵਿੱਚ ਬੈਠੇ ਨੇ ਅਹੁਦਿਆਂ ਦੇ, ਵੱਡੇ ਅਹੁਦਿਆਂ ਤੇ, ਬੱਤੀਆਂ ਲਾਈ ਗੱਡੀਆਂ ਤੇ ਉਹਨਾਂ ਦੇ ਕੋਲ ਜੀ, ਉਹਨਾਂ ਦੀ ਆਪਣੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ, ਬਿਲਕੁਲ ਇੱਥੋਂ ਤੱਕ ਕਿ ਕੁਛ ਧਾਰਮਿਕ ਆਗੂ ਨੇ ਜਿਹੜੇ ਧਾਰਮਿਕ ਸੰਸਥਾਵਾਂ ਦੇ ਆਗੂ ਨੇ, ਵੱਡੇ ਆਗੂ ਨੇ, ਉਹਨਾਂ ਦੀਆਂ ਆਪਣੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ, ਤੇ ਉਹ ਕਦੋਂ ਚਾਹੁਣਗੇ ਕਿ ਪਿੰਡਾਂ ਦੇ ਲੋਕ ਇੰਨੇ ਕੁ ਜਾਗਰੂਕ ਹੋਣ ਵੀ ਪਿੰਡਾਂ ਦੇ ਵਿੱਚ ਉਹ ਨਸ਼ੇ ਦੇ ਠੇਕੇ ਨੇ ਜਿਹੜੇ ਸ਼ਰਾਬ ਦੇ ਠੇਕੇ ਨੇ ਉਹ ਬੰਦ ਕਰਾਉਣ? ਉਹ ਤਾਂ ਚਾਹੁਣਗੇ ਪਿੰਡ ਪਿੰਡ ਠੇਕਾ ਹੋਵੇ, ਉਹਨਾਂ ਦੀ ਸ਼ਰਾਬ ਦੀ ਵਿਕਰੀ ਹੋਵੇ, ਉਹਨਾਂ ਨੂੰ ਮੁਨਾਫਾ ਹੋਵੇ। ਚਲੋ, ਸਰਕਾਰ ਕੁਝ ਨਹੀਂ ਕਰ ਰਹੀ, ਪਰ ਇੱਥੇ ਸਾਡੀ ਸਮਾਜਿਕ ਜ਼ਿੰਮੇਵਾਰੀ ਕੀ ਬਣਦੀ ਹੈ, ਸਮਾਜ ਦੇ ਪ੍ਰਤੀ ਸਾਡੀ ਆਪਣੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਸਭ ਤੋਂ ਮੇਨ ਗੱਲ ਤਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਸੁਹਿਰਦ ਹੋਣ ਦੀ ਲੋੜ ਹੈ ਜੀ, ਇਕੱਲੀ ਸਰਕਾਰ ਹੀ ਕੁਝ ਨਹੀਂ ਕਰ ਸਕਦੀ, ਲੋਕ ਆਪਣੇ ਤੌਰ 'ਤੇ ਸੰਜੀਦਾ ਹੋਣਾ ਪੈਣਾ, ਸੁਹਿਰਦ ਹੋਣਾ ਪੈਣਾ, ਸਾਨੂੰ ਆਪਣੇ ਬੱਚਿਆਂ ਦੀ ਇੱਕ ਤਰ੍ਹਾਂ ਨਾਲ ਰਾਖੀ ਕਰਨੀ ਪੈਣੀ ਹੈ, ਮਾਂ ਬਾਪ ਨੂੰ ਸਤਰਕ ਹੋਣਾ ਪੈਣਾ, ਹਰ ਇੱਕ ਬੰਦੇ ਨੂੰ ਨਸ਼ਾ ਕਿਉਂਕਿ ਕਿਸੇ ਦੇ ਘਰੇ ਵੀ ਵੜ ਸਕਦਾ ਜੀ, ਬਿਲਕੁਲ। ਮੈਂ ਅਪੀਲ ਕਰਦਾ ਕਿ ਮਾਪੇ ਹੀ ਪਹਿਲਾਂ ਸੁਹਿਰਦ ਹੋਣ, ਫਿਰ ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ ਸਰਕਾਰ ਦੇ ਸਹਿਯੋਗ ਨਾਲ ਥਾਂ ਥਾਂ ਕੈਂਪ ਲਾਉਣ, ਸਕੂਲਾਂ ਦੇ ਵਿੱਚ ਪੜ੍ਹਾਈ ਹੈ ਜਿਹੜੀ ਉਹਦੇ ਵਿੱਚ ਵਿਸ਼ਾ ਰੱਖਿਆ ਜਾਵੇ, ਇਹ ਨਸ਼ਿਆਂ ਦੇ ਮਾੜੇ ਪ੍ਰਭਾਵ ਬੱਚਿਆਂ ਨੂੰ ਉਹਨਾਂ ਬਾਰੇ ਦੱਸਿਆ ਜਾਵੇ ਜੀ, ਠੀਕ ਹੈ। ਔਰ ਇਸ ਤਰ੍ਹਾਂ ਦੇ ਸਰਕਾਰ ਦੇ ਸਹਿਯੋਗ ਨਾਲ ਇੱਦਾਂ ਕੰਮ
ਸੁਹਿਰਦਤਾ ਨਾਲ ਕੰਮ ਕਰਿਆ ਜਾਵੇ ਤਾਂ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਹੈ। ਬਹੁਤ ਖੂਬ, ਕੱਲ੍ਹ ਫਿਰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਹੋਵਾਂਗੇ, ਤਦ ਤੱਕ ਦੇ ਲਈ ਜਗਦੀਪ ਸਿੰਘ ਥਲਿੰਗ ਦੀ ਇਜਾਜ਼ਤ, ਧੰਨਵਾਦ।